5 ਦਸੰਬਰ ਸਾਲ 1971 ਨੂੰ ਰਾਜਸਥਾਨ ਦੇ ਲੌਂਗੇਵਾਲਾ ਦੇ ਵਿੱਚ ਇੱਕ ਬਹੁਤ ਹੀ ਵੱਡੀ ਜੰਗ ਹੋਈ ਸੀ, ਜਿਸ ਨੂੰ ਲੌਂਗੇਵਾਲਾ ਬੈਟਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਜਿਸ 'ਤੇ ਸਨੀ ਦਿਓਲ ਦੀ ਫਿਲਮ ਬਾਰਡਰ ਵੀ ਬਣੀ ਸੀ। ਉਸ ਜੰਗ ਦੇ ਵਿੱਚ ਜਿਹੜੇ ਅਸਲ ਯੋਧੇ ਸੀ, ਫਾਈਟਰ ਸੀ, ਜਿਨ੍ਹਾਂ ਨੇ ਉਹ ਜੰਗ ਲੜੀ, ਉਹਨਾਂ ਨੂੰ ਅੱਜ ਯਾਨੀ ਕਿ 5 ਦਸੰਬਰ ਨੂੰ ਚੁੰਨੀ ਕਲਾਂ ਦੇ ਵਿੱਚ ਬੁਲਾ ਕੇ ਸਾਬਕਾ ਫੌਜੀਆਂ ਦੇ ਵੱਲੋਂ ਬਾਕਾਇਦਾ ਤੌਰ 'ਤੇ ਉਹਨਾਂ ਦਾ ਸਨਮਾਨ ਕੀਤਾ ਗਿਆ। ਉਹਨਾਂ ਨੇ ਇੱਕ ਇੱਕ ਕਰਕੇ ਉਸ ਦਿਨ ਦਾ ਸਾਰਾ ਅੱਖੀ ਡਿੱਠਾ ਹਾਲ ਸਾਬਕਾ ਫੌਜੀਆਂ ਨੂੰ ਦੱਸਿਆ ਅਤੇ ਸੁਣਾਇਆ, ਜੋ ਉਹਨਾਂ ਨੇ ਉੱਥੇ ਜੰਗ ਦੇ ਵਿੱਚ ਦੇਖਿਆ, ਉੱਥੇ ਮਹਿਸੂਸ ਕੀਤਾ, ਆਪਣੇ ਪਿੰਡੇ ਦੇ ਉੱਤੇ ਹੰਢਾਇਆ, ਜੋ ਹਾਲ ਉਹ ਸਾਬਕਾ ਫੌਜੀਆਂ ਨੂੰ ਸੁਣਾਇਆ। ਜੰਗ ਦੇ ਹੀਰੋਆਂ ਨੂੰ, ਯੋਧਿਆਂ ਨੂੰ ਹੁਣ ਤੱਕ ਵੀ ਮਲਾਲ ਹੈ ਕਿ ਦੁਨੀਆ ਭਰ ਦੇ ਮਸ਼ਹੂਰ ਉਹ ਜੰਗ, ਜਿਸ ਨੂੰ ਦੇਖਣ ਲਈ UNO ਤੱਕ ਦੀਆਂ ਟੀਮਾਂ ਪਹੁੰਚੀਆਂ, ਜਿਸ ਦਾ ਜਾਇਜ਼ਾ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਰੱਖਿਆ ਮੰਤਰੀਆਂ ਨੇ ਵੀ ਕੀਤਾ। ਜੰਗ ਦੇ ਅਸਲ ਹੀਰੋਆਂ ਦਾ ਮਾਣ ਸਨਮਾਨ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ, ਪਰ ਉਹਨਾਂ ਨੂੰ ਅੱਜ ਤੱਕ ਕੋਈ ਵੀ ਮਾਣ ਸਨਮਾਨ ਨਹੀਂ ਮਿਲਿਆ। ਦੱਸ ਦਈਏ ਕਿ ਜੰਗ ਦੇ ਹੀਰੋ ਆਪਣੀ ਉਮਰ ਦਾ 70 ਤੋਂ 80 ਦਾ ਅੰਕੜਾ ਛੂ ਰਹੇ ਨੇ, ਤਾਂ ਉਹ ਅੱਜ ਵੀ ਉਡੀਕ ਕਰ ਰਹੇ ਨੇ ਕਿ ਉਹਨਾਂ ਨੂੰ ਉਹਨਾਂ ਦੀਆਂ ਸੂਬਾ ਸਰਕਾਰਾਂ ਜਾਂ ਫਿਰ ਕੇਂਦਰ ਸਰਕਾਰ ਜੰਗ ਦੇ ਬਦਲੇ ਬੁਲਾਏਗੀ, ਅਤੇ ਮਤਲਬ ਉਹਨਾਂ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਵੇਗੀ ਅਤੇ ਉਹਨਾਂ ਦਾ ਬਣਦਾ ਮਾਣ ਸਤਿਕਾਰ ਕਰੇਗੀ। ਪਰ ਅੱਜ ਤੱਕ ਅਜਿਹਾ ਨਹੀਂ ਹੋ ਸਕਿਆ। ਉਹਨਾਂ ਨੂੰ ਇਸ ਗੱਲ ਦਾ ਮਲਾਲ ਹੈ ਕਿ ਜੰਗ ਦੇ ਹੀਰੋ ਲਗਾਤਾਰ ਇਹੀ ਮੰਗ ਕਰਦੇ ਆ ਰਹੇ ਨੇ ਕਿ ਸਾਡੀ ਉਮਰ ਲੰਘਦੀ ਜਾ ਰਹੀ ਹੈ ਅਤੇ ਸਰਕਾਰ ਸਾਡੇ 'ਤੇ ਕੋਈ ਨਜ਼ਰ ਮਾਰੇ, ਤਾਂ ਕਿ ਸਾਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦਾ ਫਾਇਦਾ ਹੋ ਸਕੇ, ਫਿਰ ਉਹਨਾਂ ਨੂੰ ਵੀ ਪਤਾ ਲੱਗ ਸਕੇ, ਦੇਸ਼ ਦੁਨੀਆ ਨੂੰ ਪਤਾ ਲੱਗ ਸਕੇ ਕਿ ਇਹ ਜੰਗ ਦੇ ਹੀਰੋ ਨੇ। ਇਸ ਸੰਬੰਧੀ ਦੱਸਦਿਆਂ ਹੋਇਆ ਸਾਬਕਾ ਫੌਜੀ ਮੁਖਤਿਆਰ ਸਿੰਘ ਹੋਰਾਂ ਨੇ ਅੱਗੇ ਜੋ ਦੱਸਿਆ ਉਹ ਵੀ ਸੁਣਾ ਦਿੰਦੇ ਹਾਂ। ਮੇਰਾ ਨਾਂ ਜੀ ਐਕਸ ਹੌਲਦਾਰ ਕਲਰਕ ਮੁਖਤਿਆਰ ਸਿੰਘ, ਮੇਰਾ ਪਿੰਡ ਹੈ ਗੋਇੰਦਵਾਲ ਸਾਹਿਬ, ਹੁਣ ਤਾਂ ਡਿਸਟ੍ਰਿਕਟ ਤਰਨ ਤਾਰਨ ਬਣ ਗਿਆ ਅਤੇ ਪਹਿਲਾਂ ਸੀ ਡਿਸਟ੍ਰਿਕਟ ਅੰਮ੍ਰਿਤਸਰ, ਪਰ ਫਿਲਹਾਲ ਮੈਂ ਕੁਰਾਲੀ ਰਹਿ ਰਿਹਾ ਕਿਉਂਕਿ ਮੈਨੂੰ ਇੱਥੇ ਜੋਬ ਮਿਲ ਗਈ ਸੀ ਅਤੇ ਮੈਂ ਫਿਲਹਾਲ ਕੁਰਾਲੀ ਰਹਿ ਰਿਹਾ। ਅੱਜ ਦਾ ਜੋ ਫੰਕਸ਼ਨ ਹੈ ਸਾਡੇ ਸਹਿਯੋਗੀਆਂ ਨੇ ਕੀਤਾ, 23 ਪੰਜਾਬ ਲੌਂਗੋਵਾਲਾ ਦੇ ਸਾਰੇ ਸਟਾਫ ਨੇ, ਉਹ ਇਸ ਦੇ ਸੰਬੰਧ ਵਿੱਚ ਕੀਤਾ ਕਿ ਜਿਹੜੀ ਸਾਡੀ ਲੌਂਗੋਵਾਲਾ ਦੀ ਅਸੀਂ ਲੜਾਈ ਲੜੀ ਆ 3 ਤਰੀਕ ਨੂੰ, 3 ਦਸੰਬਰ ਨੂੰ ਅਤੇ ਉਹ ਰੈਕੀ ਕਰਕੇ ਗਏ, 4 ਦੀ ਰਾਤ ਨੂੰ ਦਿਨ ਚੜ੍ਹ ਗਿਆ 5 ਦਾ, ਉਹਨਾਂ ਨੇ ਸਾਡੇ 'ਤੇ ਪਾਕਿਸਤਾਨ ਨੇ ਅਟੈਕ ਕੀਤਾ। 23 ਪੰਜਾਬ ਦੇ ਇੱਕ ਕੰਪਨੀ, ਉੱਥੇ ਸਿੱਖਾਂ ਦੀ ਕੰਪਨੀ ਸੀ, 23 ਪੰਜਾਬ ਅਲਫਾ ਕੰਪਨੀ, ਜਿਨ੍ਹਾਂ ਦੇ ਵਿੱਚੋਂ ਧਰਮਵੀਰ ਸਾਹਿਬ ਦੇ ਨਾਲ ਕੋਈ 20-22 ਬੰਦੇ ਪੈਟਰੋਲਿੰਗ 'ਤੇ ਸੀ ਅੱਗੇ ਬਾਰਡਰ ਦੇ ਨਾਲ ਨਾਲ, ਬਾਕੀ ਸਾਡੇ ਜਵਾਨ ਜਿਹੜੇ ਆ ਉਹ ਇੱਥੇ ਲੌਂਗੇਵਾਲਾ ਹਾਜ਼ਰ ਸੀ। ਇਹਨਾਂ ਜਵਾਨਾਂ ਨੇ ਜਦ ਸਾਡੇ 'ਤੇ ਅਟੈਕ ਹੋਇਆ, ਇਹਨਾਂ ਜਵਾਨਾਂ ਨੇ ਬੜੀ ਬਹਾਦਰੀ ਦੇ ਨਾਲ ਲੜ ਕੇ ਉਹਨਾਂ ਦੇ ਜੋ ਵੀ ਅਟੈਕ ਹੋਇਆ ਸੀ ਉਹਨੂੰ ਡਿਫੀਟ ਕੀਤਾ, ਬੁਰੀ ਤਰ੍ਹਾਂ ਡਿਸਟਰੋਏ ਕੀਤਾ ਉਹਨਾਂ ਦੀ ਆਰਮੀ ਨੂੰ, ਔਰ ਉਹ ਜੰਗ ਦੇ ਜਿੱਤਣ ਵਿੱਚ ਇਹਨਾਂ ਨੂੰ ਜੋ ਵੀ ਮਾਣ ਸਨਮਾਨ ਬਣਦਾ ਸੀ ਸਰਕਾਰ ਨੇ ਨਹੀਂ ਦਿੱਤਾ। ਚੀਫ ਮਿਨਿਸਟਰ ਰਾਜਸਥਾਨ ਨੇ ਅਨਾਊਂਸ ਕੀਤੀ ਸੀ ਸ਼੍ਰੀ ਬਰਕਤੁੱਲਾ ਖਾਨ ਸਾਹਿਬ ਨੇ ਕਿ ਜਿਹੜੇ ਇੱਥੇ ਅਲਫਾ ਕੰਪਨੀ ਦੇ 23 ਪੰਜਾਬ ਦੇ ਬਹਾਦਰ ਜਵਾਨਾਂ ਨੇ ਸਾਨੂੰ ਰਾਜਸਥਾਨ ਨੂੰ ਪੂਰੇ ਨੂੰ ਬਚਾ ਕੇ ਰੱਖਿਆ, ਮੈਂ ਇਹਨਾਂ ਨੂੰ ਆਪਣੀ ਖੁਸ਼ੀ ਨਾਲ ਇੱਕ ਇੱਕ ਮੁਰੱਬਾ ਮਤਲਬ 25 ਏਕੜ ਜ਼ਮੀਨ ਦਊਂਗਾ। ਪੰਜਾਬ ਗੌਰਮੈਂਟ ਦਾ ਐਲਾਨ ਸੀ ਕਿ ਅਸੀਂ ਇਹਨਾਂ ਨੂੰ 5-5 ਕਿੱਲੇ ਦੇਵਾਂਗੇ, ਨਾ ਤਾਂ ਰਾਜ ਸਰਕਾਰ, ਨਾ ਰਾਜਸਥਾਨ ਸਰਕਾਰ, ਨਾ ਹੀ ਸੈਂਟਰ ਸਰਕਾਰ ਨੇ, ਪ੍ਰਾਈਮ ਮਿਨਿਸਟਰ ਨੇ ਵੀ ਨਹੀਂ ਪੁੱਛਿਆ। ਲੜਾਈ ਇੰਨੀ ਮਸ਼ਹੂਰ ਹੋਈ ਸੀ ਕਿ ਉੱਥੇ ਦੇਸ਼ ਦੇ ਡਿਫੈਂਸ ਮਿਨਿਸਟਰ ਬਾਬੂ ਜਗਜੀਵਨ ਰਾਮ ਵੀ ਗਏ ਉੱਥੇ ਇਸ ਨੂੰ ਦੇਖਣ ਵਾਸਤੇ, ਉਹਨਾਂ ਬਹਾਦਰ ਜੋ ਉਹਨਾਂ ਨੂੰ ਮਿਲਣ ਵਾਸਤੇ ਕਿਹਾ ਕਿ ਜਿਨ੍ਹਾਂ ਨੇ ਪਾਕਿਸਤਾਨ ਦੇ ਐਡੇ ਵੱਡੇ ਅਟੈਕ ਨੂੰ ਜਿਹੜਾ ਨਾ ਉਹ ਫੇਲ ਕੀਤਾ। ਉਸ ਤੋਂ ਬਾਅਦ
ਉਸ ਲੜਾਈ ਨੂੰ ਦੇਖਣ ਵਾਸਤੇ ਬਹਾਦਰੀ ਨੂੰ ਦੇਖਿਆ। UNO ਦੇ ਮੈਂਬਰ ਵੀ ਉੱਥੇ ਆਏ, ਗਵਰਨਰ ਤਾਂ ਨਹੀਂ ਆਇਆ ਕੋਈ ਵੀ, ਪਰ ਸਾਡੇ ਜਨਰਲ ਸਾਹਿਬ ਆਉਂਦੇ ਰਹੇ, ਜਨਰਲ ਖੰਬਟਾ ਸਾਹਿਬ ਆਉਂਦੇ ਸੀ, ਉਹ ਜਾਇਜ਼ਾ ਲੈਂਦੇ ਰਹਿੰਦੇ ਸੀ, ਸਭ ਕੁਛ ਬਹਾਦਰ ਜਵਾਨਾਂ ਨੂੰ ਸ਼ਾਬਾਸ਼ ਦਿੰਦੇ ਸੀ। ਉਹਨਾਂ ਦੇ ਜਿਹੜੇ ਟੈਂਕ ਹੈ ਉੱਥੇ ਵੀ ਖਲੋਤੇ ਆ। ਸਾਡੇ ਪ੍ਰਧਾਨ ਮੰਤਰੀ ਜੀ ਤਾਂ ਕਹਿੰਦੇ ਮੇਰੀ 53 ਇੰਚ ਦੀ ਛਾਤੀ ਆ, ਅਤੇ ਪਰ ਉਹ ਸਾਡੇ ਜਿੱਤੇ ਹੋਏ ਟੈਂਕਾਂ ਨੂੰ ਦੇਖਦੇ ਆ ਨਾ ਜਦ, ਤਾਂ ਸਾਡੇ ਜਵਾਨਾਂ ਦੀ 74 ਇੰਚ ਛਾਤੀ ਹੋ ਜਾਂਦੀ ਆ। ਵੀ ਸਾਡੇ ਜਿੱਤੇ ਹੋਏ ਟੈਂਕਾਂ ਨੂੰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਦੇਖ ਕੇ 53 ਇੰਚ ਛਾਤੀ ਦਿਖਾਉਂਦਾ, ਅਤੇ ਸਾਡੇ ਜਵਾਨ ਤਾਂ 74 ਇੰਚ ਦੀ ਛਾਤੀ ਦਿਖਾ ਰਹੇ ਆ। ਉਹਨਾਂ ਜਵਾਨਾਂ ਨੂੰ ਉਹਨਾਂ ਨੇ, ਸਰਕਾਰ ਨੇ ਕਿਸੇ ਨੇ ਵੀ ਨਹੀਂ ਪੁੱਛਿਆ। ਸਾਨੂੰ ਥੋੜ੍ਹਾ ਜਿਹਾ ਇਹਨਾਂ 'ਤੇ ਗਿਲਾ ਹੈ ਕਿ ਘੱਟੋ ਘੱਟ ਸਾਡੇ ਉਹਨਾਂ ਜਵਾਨਾਂ ਨੂੰ ਜਿਹੜੇ ਥੋੜ੍ਹੇ ਥੋੜ੍ਹੇ ਰਹਿ ਗਿਆ, ਕੋਈ 80 ਦਾ ਹੋ ਗਿਆ, 82 ਦਾ ਹੋ ਗਿਆ, ਇਹਨਾਂ ਜਵਾਨਾਂ ਨੂੰ ਬੁਲਾ ਕੇ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਜਾਂ ਜਿਹੜੇ ਚੀਫ ਮਿਨਿਸਟਰ ਰਾਜਸਥਾਨ ਦੇ ਨੇ, ਇਹ ਸਾਡੇ ਨਾਲ ਵਾਅਦਾ ਕੀਤਾ ਸੀ ਮੈਂ ਦਊਂਗਾ, ਅਤੇ ਉਹ ਬਣਾ ਸਾਨੂੰ ਬੁਲਾ ਕੇ ਮਾਣ ਸਨਮਾਨ ਸਾਡਾ ਪੂਰਾ ਕਰਨ। ਮੇਰਾ ਨਾਮ ਨਾਇਕ ਮਲੂਕ ਸਿੰਘ, ਪਿੰਡ ਮਾਣੋਚਾਲ, ਜ਼ਿਲ੍ਹਾ ਤਰਨ ਤਾਰਨ। ਅੱਜ ਦਾ ਜੋ ਵਿਸ਼ਾ ਲੌਂਗੋਵਾਲ ਲੜਾਈ ਦਾ, ਉਹ ਇਹ ਹੈ ਕਿ ਸਾਰੀ ਦੁਨੀਆ ਦੇ ਵਿੱਚ ਸੰਨੀ ਦਿਓਲ ਦੀ ਬਣੀ ਹੋਈ ਫਿਲਮ ਆਪ ਜੀ ਨੇ ਦੇਖੀ ਹੋਈ ਹੈ, ਲੇਕਿਨ ਉਹ ਫਿਲਮ ਦਾ ਰੋਲ ਕੁਛ ਹੋਰ ਹੈ ਅਤੇ ਅਸਲੀ ਰੋਲ ਕੁਛ ਹੋਰ ਹੈ, ਜਿਹੜਾ ਕਿ ਅਸੀਂ ਵੱਖ ਵੱਖ ਚੈਨਲਾਂ 'ਤੇ ਮੇਰੇ ਖੱਬੇ ਬੰਨੇ ਭਾਈ ਸਾਹਿਬ ਭਾਈ ਜਗਦੇਵ ਸਿੰਘ ਜੀ ਨੇ ਆਮ ਹੀ ਵਰਣਨ ਕੀਤਾ ਹੋਇਆ। ਉਸ ਟਾਈਮ ਰਾਜਸਥਾਨ ਲੌਂਗੋਵਾਲ ਦੀ ਲੜਾਈ ਦੇ ਉੱਤੇ ਰਾਜਨੀਤਿਕ ਪਾਰਟੀਆਂ ਉੱਥੇ ਜਦੋਂ ਪਹੁੰਚੀਆਂ, ਤਾਂ ਉਹਨਾਂ ਨੇ 120 ਬੰਦਿਆਂ ਦੀ ਬਹਾਦਰੀ ਨੂੰ ਵੇਖ ਕੇ, ਉੱਥੇ ਹਰ ਬੰਦਾ ਇਸ ਗੱਲ ਦਾ ਬੜਾ ਮਾਣ ਮਹਿਸੂਸ ਕਰਦਾ ਸੀ ਵੀ 120 ਬੰਦਿਆਂ ਨੇ ਐਡੇ ਵੱਡੇ ਹਮਲੇ ਨੂੰ ਰੋਕਿਆ, ਇਹਦਾ ਕਾਰਨ ਕੀ ਹੈ। ਇਸ ਦਾ ਕਾਰਨ ਸਿਰਫ ਕੇਵਲ ਦਾ ਕੇਵਲ ਇੱਕ ਸਾਡੀ ਬਹਾਦਰੀ ਦਾ ਜਜ਼ਬਾ ਹੀ ਹੈ, ਜਿਹੜਾ ਕਿ ਉਸ ਪਿਗੜ 'ਤੇ ਉੱਤੇ ਸਾਡਾ ਠਹਿਰ ਜਾਣਾ ਇੰਨਾ ਹੀ ਕਾਫੀ ਹੈ, ਜਿਹੜਾ ਕਿ ਅਸੀਂ ਉਸ ਜਗ੍ਹਾ 'ਤੇ ਇੱਕ ਇਹ ਫੈਸਲਾ ਕਰ ਲਿਆ ਸੀ ਕਿ ਵੀ ਅਸੀਂ ਆਪਣੀ ਜਾਨ ਤਾਂ ਦੇ ਦਿਆਂਗੇ ਪਰ ਅਸੀਂ ਪਿੱਛੇ ਨਹੀਂ ਹਟਾਂਗੇ, ਕਿਉਂਕਿ ਸਾਡੇ ਕਮਾਂਡਰ ਦਾ ਵੀ ਇਹ ਹੁਕਮ ਸੀਗਾ। ਅਸੀਂ ਸਿਰਫ ਇਹ ਸੈਮੀਨਾਰ ਜਿਹੜਾ ਹਰ ਸਾਲ 5 ਤਰੀਕ ਦਸੰਬਰ ਮਹੀਨੇ ਦੇ ਮਨਾਉਂਦੇ ਹਾਂ, ਕੇਵਲ ਸਰਕਾਰਾਂ ਨੂੰ ਅਸੀਂ ਆਪਣਾ ਰੋਸ ਇਹ ਦੱਸਦੇ ਹਾਂ ਕਿ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਇਹ ਦੱਸਦੇ ਹਾਂ ਕਿ ਇਹ ਬਾਰਡਰ ਫਿਲਮ ਦੀ ਲੜਾਈ ਅਸੀਂ ਖੁਦ ਲੜੀ ਆ, ਅਤੇ ਸਾਡੇ ਬੱਚੇ ਸਾਨੂੰ ਇਹ ਸਵਾਲ ਕਰਦੇ ਆ ਵੀ ਸਰਕਾਰ ਨੇ ਤੁਹਾਡੇ ਵਾਸਤੇ ਕੀ ਕੁਛ ਕੀਤਾ ਹੈ, ਅਤੇ ਸਾਨੂੰ ਇਸ ਗੱਲ ਦੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਦੱਸੀਏ ਕੀ, ਜਿਹੜਾ ਕਿ ਉਸ ਟਾਈਮ ਸਰਕਾਰ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਗੌਰਮੈਂਟ 5 ਕਿੱਲੇ ਪੈਲੀ ਦੇਵੇਗੀ। ਰਾਜਸਥਾਨ ਦੇ ਬਰਕਤੁੱਲਾ ਖਾਨ ਨੇ ਐਲਾਨ ਕੀਤਾ ਸੀ ਕਿ ਅਸੀਂ ਰਾਜਸਥਾਨ ਦੇ ਵਿੱਚ ਜ਼ਮੀਨ ਬਹੁਤ ਹੈ ਅਤੇ ਅਸੀਂ 5 ਕਿੱਲੇ ਜ਼ਮੀਨ ਦੇਵਾਂਗੇ, ਲੇਕਿਨ ਇੱਕ ਵੀ ਵਾਅਦਾ ਇਹਨਾਂ ਨੇ ਨਹੀਂ ਪੂਰਾ ਕਰਦਾ, ਅਤੇ ਸਾਡੀ ਜਿਹੜੀ ਜਨਸੰਖਿਆ ਵਾ ਉਹ ਵਡੇਵੇ ਵਿੱਚ ਆ ਰਹੀ ਆ। ਬਹੁਤ ਸਾਰੇ ਇਸ ਲੜਾਈ ਵਿੱਚ ਹਿੱਸਾ ਲੈਣ ਵਾਲਿਆਂ ਬੰਦਿਆਂ ਦੀ ਤਕਰੀਬਨ 70 ਤੋਂ 77 ਸਾਲ ਦੀ ਉਮਰ ਹੋ ਚੁੱਕੀ ਹੈ, ਉਹ ਕਾਫੀ ਆਦਮੀ ਸਾਡੇ ਨਾਲ ਵਿਛੜ ਜਾ ਰਹੇ ਨੇ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਬਣਦਾ ਸਰਕਾਰ ਜਿਹੜਾ ਉਹ ਸਾਨੂੰ ਮਾਣ ਸਨਮਾਨ ਦੇਵੇ ਤਾਂ ਕਿ ਅਸੀਂ ਆਪਣੀ ਨਸਲ ਨੂੰ ਇਹ ਦੱਸ ਸਕੀਏ ਵੀ ਅਸੀਂ ਉਸ ਲੌਂਗੋਵਾਲ ਦੀ ਲੜਾਈ ਦੇ ਵਿੱਚ ਹਿੱਸਾ ਲਿਆ ਸੀ ਅਤੇ ਸਾਨੂੰ ਸਰਕਾਰ ਨੇ ਇਹ ਮਾਣ ਦਿੱਤਾ, ਅਸੀਂ ਆਪਣੇ ਬੱਚੇ ਨੂੰ ਦਿਖਾਉਣਾ ਚਾਹੁੰਦੇ ਹਾਂ। ਸਰਕਾਰ ਨੂੰ ਚਾਹੀਦਾ ਕਿ ਸਾਡੇ ਵੱਲ ਗੌਰ ਕਰਨ। ਸੋ ਮੈਂ ਇੱਥੇ ਇੰਨੀਆਂ ਹੀ ਬੇਨਤੀ ਕਰਦਾ ਹਾਂ, ਫਤਿਹ ਜਾਣਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਮੇਰਾ ਨਾਂ ਜਗਦੇਵ ਸਿੰਘ, ਪਿੰਡ ਕਰਲਖੁਰ, ਜ਼ਿਲ੍ਹਾ ਫਿਰੋਜ਼ਪੁਰ ਜੀ। ਹਾਂਜੀ, ਅੱਜ ਦੇ ਪ੍ਰੋਗਰਾਮ ਬਾਰੇ ਦੱਸਿਓ ਜੀ। ਅੱਜ ਦਾ ਪ੍ਰੋਗਰਾਮ ਹੈ ਜਿਹੜਾ ਸਾਡੀ ਮਸ਼ਹੂਰ 23 ਪੰਜਾਬ ਦੀ ਜਿਹੜੀ ਲੌਂਗੋਵਾਲ ਦੀ ਲੜਾਈ ਹੈ, ਜਿਹੜੀ ਅਸੀਂ ਲੜੀ ਹੈ, ਉਹ ਵਰਲਡ ਦੇ ਵਿੱਚ ਮੰਨੀ ਹੋਈ ਲੜਾਈ ਆ। ਜਦੋਂ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗਦਾ
ਤਾਂ ਲੋਕ ਸਾਨੂੰ ਸਨਮਾਨਿਤ ਕਰਦੇ ਹਨ। ਕਈ ਸੰਸਥਾਵਾਂ ਸਾਨੂੰ ਵਾਰ ਵਾਰ ਸਨਮਾਨਿਤ ਕਰ ਚੁੱਕੀਆਂ ਹਨ। 28 ਤਰੀਕ ਨੂੰ ਲੁਧਿਆਣੇ ਜ਼ੋਨ ਦੇ ਪੂਰੇ ਬੈਂਕ ਅਫਸਰਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ 12.5 ਸਾਲ ਰਿਟਾਇਰ ਹੋਣ ਤੋਂ ਬਾਅਦ ਵੀ ਮੈਨੂੰ ਜੈਡਮ ਸਾਹਿਬ ਅਤੇ ਬਹੁਤ ਸਾਰੇ ਸੀਨੀਅਰ ਮੈਨੇਜਰਾਂ ਨੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ਚਾਂਦਪੁਰ ਰੁੜਕੀ ਬ੍ਰਿਗੇਡੀਅਰ ਚਾਂਦਪੁਰੀ ਦੇ ਪਿੰਡ ਵਾਲਿਆਂ ਨੇ ਵੀ ਸਾਨੂੰ ਸਨਮਾਨਿਤ ਕੀਤਾ। ਅਤੇ ਸਮਝ ਨਹੀਂ ਆ ਰਹੀ ਜੋ ਰਾਜਨੀਤਿਕ ਲੋਕ ਹੈ, ਸਰਕਾਰਾਂ, ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ, ਵਾਰ ਵਾਰ ਇਹ ਬਾਰਡਰ ਫਿਲਮ ਤਾਂ TV 'ਤੇ ਵਿਖਾ ਰਹੇ ਹਨ, ਪਰ ਸਾਡੇ ਬਾਰੇ ਇਹਨਾਂ ਨੂੰ ਕੋਈ ਜਾਣਕਾਰੀ ਇਹਨਾਂ ਨੇ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਦਕਿ ਅਸੀਂ ਇਹ 23-24 ਬੰਦੇ ਅਸੀਂ ਜਿੰਦਾ ਹਾਂ ਜਿਨ੍ਹਾਂ ਨੇ ਮਸ਼ਹੂਰ ਜਿਹਦੇ ਨਾਂ 'ਤੇ ਬਾਰਡਰ ਫਿਲਮ ਬਣੀ ਹੈ, ਇਹ ਲੜਾਈ ਅਸੀਂ ਲੜੀ ਹੈ, ਪਰ ਲੋਕਾਂ ਨੂੰ ਇਹ ਦੱਸਣ ਵਾਸਤੇ ਨਾਕਾਮਯਾਬ ਰਹੇ ਹਨ। ਅਤੇ ਇਹ ਜੇ ਲੋਕਾਂ ਨੂੰ, ਨੌਜਵਾਨ ਪੀੜ੍ਹੀ ਨੂੰ ਇਹ ਪਤਾ ਲੱਗੇ ਕਿ ਸਾਡੇ ਵੱਡ ਵਰੇੜਿਆਂ ਨੇ ਜਾਂ ਸਾਡੇ ਜਵਾਨਾਂ ਨੇ ਆਹ ਲੜਾਈ ਲੜੀ ਹੈ, ਉਹ ਮੋਟੀਵੇਸ਼ਨ ਹੋ ਕੇ ਭਰਤੀ ਹੋਣ ਵਿੱਚ ਉਹ ਦਿਲਚਸਪੀ ਵਿਖਾਉਣਗੇ। ਪਰ ਸਮਝ ਨਹੀਂ ਆ ਰਹੀ ਕਿਸਾਨਾਂ ਨੇ ਜਵਾਨਾਂ ਨੂੰ ਇਹ ਸਰਕਾਰਾਂ ਕਿਉਂ ਵਿਸਾਰ ਰਹੀਆਂ ਹਨ। ਇਹ ਜਿਹੜੀ ਲੜਾਈ ਲੜੀ ਗਈ ਹੈ, ਇਹ ਅਸਲ ਵਾਰਸ ਤਾਂ ਭਾਰਤ ਵਰਸ਼ ਦੇ ਕਿਸਾਨ ਅਤੇ ਜਵਾਨ ਹੀ ਹੁੰਦੇ ਹਨ। ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ 5 ਸਾਲ ਵਾਸਤੇ ਚੁਣਦੇ ਹਾਂ, ਇਹ ਇਸ ਤਰ੍ਹਾਂ ਚੁਣਦੇ ਹਾਂ ਜਿਵੇਂ ਕੋਈ ਮਕਾਨ ਵਧੀਆ ਪਾ ਕੇ ਅਤੇ ਉਹਦੇ ਵਿੱਚ ਰਹਿਣ ਵਾਸਤੇ ਦਿੱਤਾ ਜਾਵੇ, ਪਰ ਉਹ ਮਕਾਨ ਵਿੱਚ ਰਹਿਣ ਵਾਲਾ ਬੰਦਾ ਵਿੱਚ ਰਹਿਣ ਵਾਲਾ ਮਕਾਨ ਬੰਦਾ ਉਹਦੀਆਂ ਟੂਟੀਆਂ ਪੱਟ ਲਏ, ਉਹਦੇ ਬਿਜਲੀ ਦੇ ਬਲਬ ਲਾ ਲਏ। ਸਾਡੀਆਂ ਸਰਕਾਰਾਂ ਉਹ ਕੰਮ ਕਰ ਰਹੀਆਂ ਹਨ, ਜਦਕਿ ਕਿਸਾਨ ਔਰ ਜਵਾਨ ਹੀ ਦੇਸ਼ ਦੇ ਮਾਲਕ ਹਨ। ਇਹਨਾਂ ਨੂੰ ਥੋੜ੍ਹਾ ਬਹੁਤਾ ਜਾਗਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਮੌਕੇ ਮੁਖਤਿਆਰ ਸਿੰਘ ਹੋਰਾਂ ਨੇ ਮੰਗ ਕੀਤੀ ਹੈ ਕਿ ਸਰਕਾਰਾਂ ਦੇ ਵੱਲੋਂ, ਚਾਹੇ ਉਹ ਸੂਬਾ ਸਰਕਾਰ ਆ ਜਾਂ ਫਿਰ ਕੇਂਦਰ ਸਰਕਾਰ ਹੈ, ਜਿਹੜੇ ਜੰਗ ਦੇ ਯੋਧੇ ਨੇ, ਹੀਰੋ ਨੇ, ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ। ਦਨ ਮਿਊਟ ਲਈ ਚੁੰਨੀ ਕਲਾਂ ਤੋਂ ਰਵੀ ਸੰਗਰਾਹੂਰ ਦੀ ਰਿਪੋਰਟ।